LibreOffice Math ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। ਇਸ ਟਿਊਟੋਰਿਅਲ ਵਿੱਚ ਅਸੀਂ LibreOffice Math ਦੀ ਜਾਣਕਾਰੀ ਅਤੇ ਫਾਰਮੂਲਾ ਐਡੀਟਰ ਦੇ ਬਾਰੇ ਦੱਸਾਂਗੇ। ਅਸੀਂ ਹੇਠਾਂ ਦਰਸਾਏ ਟੌਪਿਕਸ ਨੂੰ ਸਿੱਖਾਂਗੇ। LibreOffice Math ਕੀ ਹੈ? ਫਾਰਮੂਲਾ ਐਡੀਟਰ ਦੀ ਵਰਤੋਂ ਕਰਦੇ ਹੋਏ ਮੈਥ ਦਾ ਇਸਤੇਮਾਲ ਕਰਨ ਲਈ ਸਿਸਟਮ ਦੀਆਂ ਜ਼ਰੂਰਤਾਂ। ਇੱਕ ਸਧਾਰਨ ਫਾਰਮੂਲਾ ਕਿਸ ਤਰ੍ਹਾਂ ਲਿਖਿਆ ਜਾਂਦਾ ਹੈ? LibreOffice Math ਕੀ ਹੈ? LibreOffice Math ਇੱਕ ਸੌਫਟਵੇਅਰ ਐਪਲੀਕੇਸ਼ਨ ਹੈ ਜੋ ਮੈਥਮੈਟਿਕਲ ਫਾਰਮੂਲਿਆਂ ਨੂੰ ਬਣਾਉਣ ਅਤੇ ਐਡਿਟ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸ ਨੂੰ LibreOffice Suite ਵਿੱਚ ਰੱਖਿਆ ਗਿਆ ਹੈ ਅਤੇ ਇਸ ਕਰਕੇ ਇਹ ਓਪਨ ਸੋਰਸ ਅਤੇ ਮੁਫਤ ਹੈ ਅਤੇ ਬਿਨਾਂ ਕਿਸੇ ਕੀਮਤ ਦੇ ਸਾਂਝਾ ਕੀਤਾ ਜਾ ਸਕਦਾ ਹੈ। ਮੈਥ ਦੁਆਰਾ ਬਣਾਏ ਗਏ ਫਾਰਮੂਲੇ ਅਤੇ ਇਕੁਏਸ਼ਨਾਂ ਨੂੰ ਵੱਖਰਾ ਵੀ ਵਰਤਿਆ ਜਾ ਸਕਦਾ ਹੈ ਜਾਂ ਫਿਰ ਇਸ ਦੀ ਵਰਤੋਂ LibreOffice Suite ਦੇ ਦੂਜੇ ਡਾਕੂਮੈਂਟਸ ਵਿੱਚ ਵੀ ਕੀਤੀ ਜਾ ਸਕਦੀ ਹੈ। ਇਹ ਫਾਰਮੂਲੇ ਰਾਈਟਰ ਅਤੇ ਕੈਲਕ ਦੇ ਡਾਕੂਮੈਂਟਸ ਵਿੱਚ ਵੀ ਸ਼ਾਮਿਲ ਕੀਤੇ ਜਾ ਸਕਦੇ ਹਨ। ਫ੍ਰੈਕਸ਼ਨਸ, ਇੰਟੀਗ੍ਰਲਸ, ਇਕੁਏਸ਼ਨਸ ਅਤੇ ਮੈਟ੍ਰਿਸਿਸ ਫਾਰਮੂਲਿਆਂ ਦੀਆਂ ਕੁਝ ਉਦਾਹਰਣਾਂ ਹਨ। ਆਓ ਮੈਥ ਨੂੰ ਵਰਤਣ ਲਈ ਸਿਸਟਮ ਦੀਆਂ ਕੁਝ ਜ਼ਰੂਰਤਾਂ ਤੇ ਨਜ਼ਰ ਮਾਰੀਏ। ਵਿੰਡੋਜ਼ ਲਈ ਤੁਹਾਨੂੰ ਮਾਈਕ੍ਰੋਸਾਫਟ ਵਿੰਡੋਜ਼ 2000 ਸਰਵਿਸ ਪੈਕ 4 ਜਾਂ ਉਸ ਤੋਂ ਉੱਚਾ, ਐਕਸਪੀ, ਵਿਸਟਾ ਜਾਂ ਵਿੰਡੋਜ਼ 7 ਦੀ ਲੋੜ ਪਵੇਗੀ। ਪੈਂਟਿਅਮ ਕੰਪੈਟੀਬਲ ਪੀਸੀ 256 MB ਰੈਮ, 512 MB ਰੈਮ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਉਬੰਟੂ ਲਿਨਕਸ ਲਈ ਲਿਨਕਸ ਕਰਨਲ ਵਰਜ਼ਨ 2.6.18 ਜਾਂ ਇਸ ਤੋਂ ਉੱਚਾ ਅਤੇ ਪੈਂਟਿਅਮ ਕੰਪੈਟੀਬਲ ਪੀਸੀ 512 MB ਰੈਮ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਸਿਸਟਮ ਦੀਆਂ ਜ਼ਰੂਰਤਾਂ ਦੀ ਪੂਰੀ ਜਾਣਕਾਰੀ ਲੈਣ ਲਈ LibreOffice ਵੈਬਸਾਈਟ ਤੇ ਜਾਓ। ਜੇ ਤੁਸੀਂ LibreOffice Suite ਪਹਿਲਾਂ ਹੀ ਇੰਸਟਾਲ ਕੀਤਾ ਹੋਇਆ ਹੈ ਤਾਂ LibreOffice Suite ਦੇ ਪ੍ਰੋਗਰਾਮਾਂ ਵਿੱਚ ਤੁਹਾਨੂੰ ਮੈਥ ਲੱਭ ਜਾਵੇਗਾ। ਜੇ LibreOffice Suite ਇੰਸਟਾਲ ਨਹੀਂ ਕੀਤਾ ਹੋਇਆ ਹੈ ਤਾਂ ਤੁਸੀਂ ਇਸ ਨੂੰ LibreOffice ਦੀ ਸਾਈਟ ਤੋਂ ਡਾਊਨਲੋਡ ਕਰ ਸਕਦੇ ਹੋ। Linux ਵਿੱਚ ਤੁਸੀਂ ਇਸ ਨੂੰ Synaptic Package Manager ਦੀ ਮਦਦ ਨਾਲ ਇੰਸਟਾਲ ਕਰ ਸਕਦੇ ਹੋ। ਮੈਂ LibreOffice ਵਰਜ਼ਨ 3.3.3 ਇੰਸਟਾਲ ਕਰ ਲਿਆ ਹੈ। ਚਲੋ ਆਓ ਸ਼ੁਰੂ ਕਰੀਏ ਅਤੇ ਮੈਥ ਐਪਲੀਕੇਸ਼ਨ ਖੋਲ੍ਹੀਏ। ਵਿੰਡੋਜ਼ ਵਿੱਚ ਸਟਾਰਟ ਮੈਨਿਊ ਤੇ ਜਾਓ ਅਤੇ ਆਲ ਪ੍ਰੋਗਰਾਮਸ, ਫਿਰ LibreOffice Suite, ਫਿਰ LibreOffice Math ਤੇ ਕਲਿੱਕ ਕਰੋ। ਜਾਂ ਫਿਰ ਅਸੀਂ LibreOffice ਡਾਕੂਮੈਂਟਸ ਵਿੱਚੋਂ ਇਸ ਨੂੰ ਖੋਲ੍ਹ ਸਕਦੇ ਹਾਂ। ਨਵਾਂ ਟੈਕਸਟ ਡਾਕੂਮੈਂਟ ਖੋਲ੍ਹਣ ਲਈ LibreOffice ਰਾਈਟਰ ਤੇ ਕਲਿੱਕ ਕਰੋ। ਚਲੋ ਹੁਣ ਰਾਈਟਰ ਵਿੰਡੋ ਵਿੱਚ ਮੈਥ ਨੂੰ ਸ਼ੁਰੂ ਕਰਦੇ ਹਾਂ। ਮੁੱਖ ਮੈਨਿਊ ਬਾਰ ਵਿੱਚੋਂ ਇਨਸਰਟ ਮੈਨਿਊ ਤੇ ਕਲਿੱਕ ਕਰੋ ਅਤੇ ਫਿਰ ਨਿਚਲੇ ਪਾਸੇ ਦਿੱਤੇ ਹੋਏ ਆਬਜੈਕਟ ਤੇ ਅਤੇ ਫਿਰ ਫਾਰਮੂਲਾ ਤੇ ਕਲਿੱਕ ਕਰੋ। ਹੁਣ ਅਸੀਂ ਰਾਈਟਰ ਵਿੰਡੋ ਵਿੱਚ ਤਿੰਨ ਖੇਤਰ ਦੇਖ ਸਕਦੇ ਹਾਂ। ਸਭ ਤੋਂ ਪਹਿਲੇ ਉੱਪਰ ਰਾਈਟਰ ਖੇਤਰ ਹੈ। ਇੱਥੇ ਗ੍ਰੇ ਰੰਗ ਦਾ ਇੱਕ ਛੋਟਾ ਜਿਹਾ ਬਾਕਸ ਦੇਖ ਸਕਦੇ ਹਾਂ। ਆਪ ਦੁਆਰਾ ਲਿਖੇ ਹੋਏ ਇਕੁਏਸ਼ਨਸ ਜਾਂ ਫਾਰਮੂਲੇ ਮੈਥਮੈਟੀਕਲ ਰੂਪ ਵਿੱਚ ਇਸੇ ਜਗ੍ਹਾ ਦਿਖਾਈ ਦਿੰਦੇ ਹਨ। ਦੂਜਾ ਹੈ ਇਕੁਏਸ਼ਨਸ ਜਾਂ ਫਾਰਮੂਲਾ ਐਡੀਟਰ ਖੇਤਰ, ਜਿਹੜਾ ਕਿ ਨੀਚੇ ਹੈ। ਇੱਥੇ ਅਸੀਂ ਇੱਕ ਸਪੈਸ਼ਲ ਮਾਰਕਅਪ ਭਾਸ਼ਾ ਵਿੱਚ ਮੈਥਮੈਟੀਕਲ ਫਾਰਮੂਲਾ ਭਰਾਂਗੇ। ਅਤੇ ਤੀਸਰੀ ਐਲੀਮੈਂਟਸ ਵਿੰਡੋ ਹੈ, ਜਿਹੜੀ ਸੱਜੇ ਪਾਸੇ ਰਹਿੰਦੀ ਹੈ। ਜੇ ਐਲੀਮੈਂਟਸ ਵਿੰਡੋ ਦਿਖਾਈ ਨਹੀਂ ਦਿੰਦੀ ਤਾਂ ਅਸੀਂ ਇਸ ਨੂੰ ਵਿਊ ਮੈਨਿਊ ਤੇ ਕਲਿੱਕ ਕਰਕੇ ਅਤੇ ਫਿਰ ਐਲੀਮੈਂਟਸ ਦੀ ਚੋਣ ਕਰਕੇ ਪਾ ਸਕਦੇ ਹਾਂ।
ਇਹ ਵਿੰਡੋ ਸਾਨੂੰ ਬਹੁਤ ਸਾਰੇ ਮੈਥਮੈਟਿਕਲ ਚਿੰਨ੍ਹ ਅਤੇ ਐਕਸਪ੍ਰੈਸ਼ਨਸ ਦਿਖਾਉਂਦੀ ਹੈ। ਜੇ ਅਸੀਂ ਰਾਈਟਰ ਖੇਤਰ ਵਿੱਚ ਗ੍ਰੇ ਬਾਕਸ ਦੇ ਬਾਹਰ ਇੱਕ ਵਾਰੀ ਕਲਿੱਕ ਕਰਦੇ ਹਾਂ ਤਾਂ ਮੈਥ ਵਿੰਡੋ ਛਿਪ ਜਾਂਦੀ ਹੈ। ਮੈਥ ਫਾਰਮੂਲਾ ਐਡੀਟਰ ਅਤੇ ਐਲੀਮੈਂਟਸ ਵਿੰਡੋ ਨੂੰ ਵਾਪਸ ਲਿਆਉਣ ਵਾਸਤੇ ਗ੍ਰੇ ਬਾਕਸ ਤੇ ਦੋ ਵਾਰ ਕਲਿੱਕ ਕਰੋ। ਚਲੋ ਹੁਣ ਅਸੀਂ ਇੱਕ ਆਸਾਨ ਜਿਹਾ ਗੁਣਾ ਕਰਨ ਦਾ ਫਾਰਮੂਲਾ 4 ਗੁਣਾ 3 ਬਰਾਬਰ 12 ਲਿਖਦੇ ਹਾਂ। ਵੇਖੋਗੇ ਕਿ ਐਲੀਮੈਂਟਸ ਵਿੰਡੋ ਵਿੱਚ ਉੱਤੇ ਸਿੰਬਲਸ ਦੀਆਂ ਕੈਟੇਗਰੀਜ਼ ਅਤੇ ਥੱਲੇ ਸਿੰਬਲਸ ਹਨ। ਆਓ ਉੱਪਰ ਵਾਲੇ ਖੱਬੇ ਆਇਕਨ ਤੇ ਇੱਕ ਵਾਰ ਕਲਿੱਕ ਕਰਦੇ ਹਾਂ। ਇਹ ਯੂਨਰੀ ਅਤੇ ਬਾਈਨਰੀ ਆਪਰੇਟਰਸ ਨੂੰ ਵਿਖਾ ਰਿਹਾ ਹੈ। ਅਤੇ ਥੱਲੇ ਕੁਝ ਹੋਰ ਮੁੱਢਲੇ ਮੈਥਮੈਟੀਕਲ ਆਪਰੇਟਰਸ ਦਿਖਾਈ ਦੇ ਰਹੇ ਹਨ, ਜਿਵੇਂ ਜਮ੍ਹਾਂ, ਘਟਾਓ, ਗੁਣਾ ਤੇ ਵੰਡ। ਦੂਜੀ ਲਾਈਨ ਵਿੱਚ ਜਿੱਥੇ ਗੁਣਾ ਦਾ ਨਿਸ਼ਾਨ ਦਿਖਾਈ ਦੇ ਰਿਹਾ ਹੈ, A ਗੁਣਾ B ਤੇ ਕਲਿੱਕ ਕਰਦੇ ਹਾਂ। ਹੁਣ ਫਾਰਮੂਲਾ ਐਡੀਟਰ ਵਿੰਡੋ ਨੂੰ ਦੇਖੋ। ਇੱਥੇ ਹਨ ਦੋ ਪਲੇਸਹੋਲਡਰਸ ਜਿਨ੍ਹਾਂ ਦੇ ਮੱਧ ਵਿੱਚ ਟਾਈਮਸ ਸ਼ਬਦ ਲਿਖਿਆ ਹੋਇਆ ਹੈ। ਅਤੇ ਉੱਪਰ ਦਿੱਤੇ ਹੋਏ ਰਾਈਟਰ ਦੇ ਗ੍ਰੇ ਬਾਕਸ ਖੇਤਰ ਵਿੱਚ ਵੀ ਦੋ ਬਾਕਸ ਨਜ਼ਰ ਆਉਂਦੇ ਹਨ, ਜਿਨ੍ਹਾਂ ਦੇ ਮੱਧ ਵਿੱਚ ਗੁਣਾ ਦਾ ਚਿੰਨ੍ਹ ਹੈ। ਆਓ ਫਾਰਮੂਲਾ ਐਡੀਟਰ ਵਿੱਚ ਪਹਿਲੇ ਪਲੇਸਹੋਲਡਰ ਨੂੰ ਡਬਲ ਕਲਿੱਕ ਕਰਕੇ ਹਾਈਲਾਈਟ ਕਰਦੇ ਹਾਂ ਅਤੇ ਫਿਰ ਉਸ ਵਿੱਚ 4 ਟਾਈਪ ਕਰਦੇ ਹਾਂ। ਅੱਗੇ ਇਸੇ ਤਰ੍ਹਾਂ ਫਾਰਮੂਲਾ ਐਡੀਟਰ ਵਿੱਚ ਦੂਜੇ ਪਲੇਸਹੋਲਡਰ ਨੂੰ ਹਾਈਲਾਈਟ ਕਰਦੇ ਹਾਂ ਅਤੇ 3 ਟਾਈਪ ਕਰਦੇ ਹਾਂ। ਧਿਆਨ ਦਿਓ ਕਿ ਰਾਈਟਰ ਗ੍ਰੇ ਬਾਕਸ ਆਪਣੇ ਆਪ ਰਿਫਰੈਸ਼ ਹੋ ਗਿਆ ਹੈ ਅਤੇ ਹੁਣ ਇਹ 4 ਗੁਣਾ 3 ਵਿਖਾ ਰਿਹਾ ਹੈ। ਅਸੀਂ ਉੱਪਰ ਵਿਊ ਮੈਨੂ ਤੇ ਕਲਿੱਕ ਕਰਕੇ ਵੀ ਅਪਡੇਟ ਚੁਣ ਸਕਦੇ ਹਾਂ, ਜਾਂ ਅਸੀਂ ਵਿੰਡੋ ਰਿਫਰੈਸ਼ ਕਰਨ ਲਈ F9 ਵੀ ਦਬਾ ਸਕਦੇ ਹਾਂ। ਆਓ ਫਾਰਮੂਲਾ ਪੂਰਾ ਕਰਦੇ ਹਾਂ ਅਤੇ ਇਸ ਦੇ ਅੱਗੇ ਇਕੁਅਲ ਟੂ 12 ਜੋੜਦੇ ਹਾਂ। ਇਸ ਵਾਸਤੇ ਸਾਨੂੰ ਐਲੀਮੈਂਟਸ ਵਿੰਡੋ ਦੇ ਕੈਟੇਗਰੀ ਭਾਗ ਵਿੱਚ ਦੂਜੇ ਆਈਕਨ ਜਿੱਥੇ ਕਿ ਰਿਲੇਸ਼ਨਸ ਲਿਖਿਆ ਹੈ ਉਸ ਤੇ ਕਲਿੱਕ ਕਰਨਾ ਪਵੇਗਾ। ਇੱਥੇ ਤੁਸੀਂ ਕਈ ਤਰ੍ਹਾਂ ਦੇ ਰਿਲੇਸ਼ਨ ਐਲੀਮੈਂਟਸ ਦੇਖ ਸਕਦੇ ਹੋ। ਆਓ ਪਹਿਲੇ ਨੂੰ ਚੁਣਦੇ ਹਾਂ, ਇਹ ਹੈ A ਬਰਾਬਰ B। ਅਸੀਂ ਪਹਿਲੇ ਪਲੇਸਹੋਲਡਰ ਨੂੰ ਡਿਲੀਟ ਕਰਦੇ ਹਾਂ ਅਤੇ ਦੂਜੇ ਪਲੇਸਹੋਲਡਰ ਵਿੱਚ 12 ਭਰਦੇ ਹਾਂ। ਅਤੇ ਇਸ ਤਰ੍ਹਾਂ ਰਾਈਟਰ ਏਰੀਆ ਵਿੱਚ ਇਹ ਸਾਡਾ ਪਹਿਲਾ ਫਾਰਮੂਲਾ ਹੈ, 4 ਗੁਣਾ 3 ਬਰਾਬਰ 12। ਹੁਣ ਅਸੀਂ ਸਿੱਖਿਆ ਕਿ ਐਲੀਮੈਂਟ ਵਿੰਡੋ ਵਿੱਚ ਫਾਰਮੂਲਾ ਆਸਾਨੀ ਨਾਲ ਕਿਵੇਂ ਲਿਖਿਆ ਜਾਂਦਾ ਹੈ। ਫਾਰਮੂਲਾ ਐਡੀਟਰ ਵਿੰਡੋ ਤੇ ਕਲਿੱਕ ਕਰਕੇ ਅਤੇ ਉਸ ਜਗ੍ਹਾ ਦਰਸਾਏ ਚਿੰਨ੍ਹ ਨੂੰ ਚੁਣ ਕੇ ਵੀ ਅਸੀਂ ਫਾਰਮੂਲਾ ਲਿਖ ਸਕਦੇ ਹਾਂ। ਕੰਟੈਕਸਟ ਮੈਨਿਊ ਵੀ ਐਲੀਮੈਂਟ ਵਿੰਡੋ ਦੀ ਤਰ੍ਹਾਂ ਚਿੰਨ੍ਹਾਂ ਦੀਆਂ ਕੈਟੇਗਰੀਜ਼ ਵਿਖਾਉਂਦਾ ਹੈ। ਕਿਸੇ ਵੀ ਕੈਟੇਗਰੀ ਦਾ ਚੋਣ ਕਰਨ ਨਾਲ ਮੌਜੂਦਾ ਚਿੰਨ੍ਹ ਡਿਸਪਲੇ ਹੋ ਜਾਂਦੇ ਨੇ। ਫਾਰਮੂਲਾ ਲਿਖਣ ਦਾ ਇੱਕ ਤੀਜਾ ਤਰੀਕਾ ਵੀ ਹੈ। ਅਸੀਂ ਸਿੱਧਾ ਹੀ ਫਾਰਮੂਲਾ ਐਡੀਟਰ ਵਿੰਡੋ ਵਿੱਚ ਫਾਰਮੂਲਾ ਲਿਖ ਸਕਦੇ ਹਾਂ। ਇੱਥੇ ਅਸੀਂ ਸਪੈਸ਼ਲ ਮਾਰਕਅਪ ਭਾਸ਼ਾ ਦੀ ਵਰਤੋਂ ਕਰਾਂਗੇ, ਜਿਸ ਨੂੰ ਕਿ ਮੈਥ ਐਪਲੀਕੇਸ਼ਨ ਸਮਝਦਾ ਹੈ। ਅਸੀਂ ਪਹਿਲਾਂ ਹੀ ਮਾਰਕਅਪ ਭਾਸ਼ਾ ਦਾ ਇੱਕ ਆਸਾਨ ਉਦਾਹਰਨ ਦੇਖ ਚੁੱਕੇ ਹਾਂ, 4 ਗੁਣਾ 3 ਬਰਾਬਰ 12। ਇੱਥੇ ਟਾਈਮਸ ਸ਼ਬਦ ਤੇ ਗੌਰ ਕਰੋ।
ਇਸੇ ਤਰ੍ਹਾਂ 4 ਭਾਗ 4 ਬਰਾਬਰ 1 ਲਿਖਣ ਲਈ ਮਾਰਕਅਪ ਹੈ 4 ਓਵਰ 4 ਇਕੁਅਲਸ 1। ਹੁਣ ਅਸੀਂ ਇਸ ਨੂੰ ਇੱਥੇ ਹੀ ਖਤਮ ਕਰਦੇ ਹਾਂ ਅਤੇ ਆਪ ਲਈ ਇੱਕ ਅਭਿਆਸ ਹੈ। ਰਾਈਟਰ ਵਿੰਡੋ ਵਿੱਚ ਇਹ ਫਾਰਮੂਲਾ ਲਿਖੋ। 4 ਭਾਗ 4 ਬਰਾਬਰ 1। ਫਾਰਮੂਲੇ ਵਿੱਚ ਇੱਕ ਖਾਲੀ ਲਾਈਨ ਪਾਉਣ ਲਈ ਨਿਊ ਲਾਈਨ ਮਾਰਕਅਪ ਦੀ ਵਰਤੋਂ ਕਰੋ। A ਬੂਲੀਅਨ ਐਂਡ B। 4 ਗ੍ਰੇਟਰ ਦੈਨ 3 ਹੈ। X approximately equal to Y ਹੈ ਅਤੇ 4 not equal to 3 ਹੈ। LibreOffice Math ਜਾਣਕਾਰੀ ਅਤੇ ਫਾਰਮੂਲਾ ਐਡੀਟਰ ਦੇ ਟਿਊਟੋਰਿਅਲ ਨੂੰ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ। ਸੰਖੇਪ ਵਿੱਚ ਅਸੀਂ ਨੀਚੇ ਦਰਸਾਏ ਵਿਸ਼ੇ ਸਿੱਖੇ। LibreOffice Math ਕੀ ਹੈ? Math ਦੀ ਵਰਤੋਂ ਕਰਨ ਨਾਲ ਸਿਸਟਮ ਦੀਆਂ ਕੀ ਜ਼ਰੂਰਤਾਂ ਅਤੇ ਵਿਸ਼ੇਸ਼ਤਾਵਾਂ ਹਨ? ਫਾਰਮੂਲਾ ਐਡੀਟਰ ਨੂੰ ਕਿਵੇਂ ਵਰਤਿਆ ਜਾਂਦਾ ਹੈ? ਇੱਕ ਸਧਾਰਨ ਫਾਰਮੂਲਾ ਕਿਵੇਂ ਲਿਖਿਆ ਜਾਂਦਾ ਹੈ? ਸਪੋਕਨ ਟਿਊਟੋਰੀਅਲ ਪ੍ਰੋਜੈਕਟ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ, ਜਿਹੜਾ ਕਿ ਭਾਰਤ ਸਰਕਾਰ ਦੇ ICT MHRD ਦੇ ਨੈਸ਼ਨਲ ਮਿਸ਼ਨ ਆਨ ਐਜੂਕੇਸ਼ਨ ਤੋਂ ਸਮਰਥਿਤ ਹੈ। ਇਸ ਪ੍ਰੋਜੈਕਟ ਨੂੰ spoken-tutorial.org ਵੱਲੋਂ ਚਲਾਇਆ ਜਾਂਦਾ ਹੈ। ਵਧੂ ਜਾਣਕਾਰੀ ਇਸ ਲਿੰਕ ਤੇ ਉਪਲਬਧ ਹੈ, spoken-tutorial.org/nmeict-intro। ਇਸ ਸਕ੍ਰਿਪਟ ਦਾ ਯੋਗਦਾਨ ਦੇਸੀ ਕ੍ਰਿਊ ਸੋਲੂਸ਼ਨ ਪ੍ਰਾਈਵੇਟ ਨੇ ਕੀਤਾ ਹੈ। ਹਿੱਸਾ ਲੈਣ ਲਈ ਧੰਨਵਾਦ।